ਸਿੰਘੂ ਬਾਰਡਰ ਤੇ ਹੋਈ ਬੇਅਦਬੀ ਨੂੰ ਲੈ ਕੇ ਨੌਜਵਾਨ ਦੇ ਕਤਲ ਦਾ ਮਾਮਲਾ ਵਧਦਾ ਜਾ ਰਿਹਾ ਹੈ ਤੇ ਇਸ ਮਾਮਲੇ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਂਚ ਦੀ ਮੰਗ ਵੀ ਕੀਤੀ ਗਈ। ਹਾਲਾਂਕਿ ਨਿਹੰਗ ਸਿੰਘਾਂ ਵੱਲੋਂ ਇਸ ਮਾਮਲੇ 'ਚ ਸਰੈਂਡਰ ਕਰਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਗਈਆਂ। ਉੱਥੇ ਹੀ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮ੍ਰਿਤਕ ਲਖਬੀਰ ਸਿੰਘ ਦੀ ਭੈਣ ਵੱਲੋਂ ਦਿੱਤੇ ਬਿਆਨ ਨੂੰ ਦੇਖਦਿਆਂ ਕਿਹਾ ਇਹ ਸਭ ਸਾਜ਼ਿਸ਼ ਦੇ ਤਹਿਤ ਹੋਇਆ ਪਰ ਉਹ ਅੰਦੋਲਨ ਨੂੰ ਟਾਣ ਨਹੀਂ ਲੱਗਣ ਦੇਣਗੇ ਇਸ ਦੇ ਨਾਲ ਹੀ ਹੋਰ ਕੀ ਕੁਝ ਗਿਆ ਆਉ ਸੁਣਦੇ ਆਂ ਦੋਸਤੋ ਸਤਿ ਸ੍ਰੀ ਅਕਾਲ ਜਿਸ ਤਰੀਕੇ ਦੇ ਨਾਲ ਸਿੰਘੂ ਬਾਰਡਰ ਦੇ ਉੱਤੇ ਘਟਨਾ ਵਾਪਰਨ ਤੋਂ ਬਾਅਦ ਅੱਜ ਅਖਬਾਰਾਂ ਦੇ ਵਿੱਚ ਖਬਰਾਂ ਛਪਣ ਤੋਂ ਬਾਅਦ ਕੁਝ ਗੱਲਾਂ ਹੋਰ ਸਾਹਮਣੇ ਆਈਆਂ ਨੇ ਤਾਂ ਇੱਕ ਬਹੁਤ ਵੱਡੀ ਲੋਡ ਮਹਿਸੂਸ ਹੁੰਦੀ ਹੈ ਕਿ ਉਸ ਪਰਿਵਾਰ ਜਿਸ ਪਰਿਵਾਰ ਦਾ ਉਹ ਵਿਅਕਤੀ ਸੀ ਲਖਵੀਰ ਸਿੰਘ ਲਖਵੀਰ ਸਿੰਘ ਦੀ ਭੈਣ ਅਖਬਾਰ ਨੂੰ ਜਿਸ ਤਰ੍ਹਾਂ ਦੀਆਂ ਆਪਣੀਆਂ ਵਿਚਾਰਾਂ ਦੱਸ ਰਹੀ ਹੈ ਲਖਵੀਰ ਸਿੰਘ ਬਾਰੇ ਜੋ ਗੱਲਾਂ ਬਾਤਾਂ ਦੱਸ ਰਹੀ ਹੈ ਉਹ ਇਸ ਤਰ੍ਹਾਂ ਦੀਆਂ ਕਿ ਜਰੂਰ ਕਿਤੇ ਨਾ ਕਿਤੇ ਉਹਦੀ ਗੰਭੀਰਤਾ ਨਾਲ ਜਾਂਚ ਰੁੱਤ ਪੁੱਛ ਪਧਰੀ ਜਾਂਚ ਹੋਣੀ ਬਹੁਤ ਜ਼ਰੂਰੀ ਬਣਦੀ ਹੈ ਕਿਉਂਕਿ ਉਹਨੇ ਦੱਸਿਆ ਬੀਬੀ ਨੇ ਉਹਦੀ ਭੈਣ ਨੇ ਕਿ ਉਹ ਆਦਮੀ ਮੇਰੇ ਕੋਲੋਂ 50 ਰੁਪਏ ਲੈ ਕੇ ਮੰਡੀ ਚ ਜਾਣ ਦੀ ਗੱਲ ਕਰਦਾ ਸੀ ਫਿਰ ਅਗਲੀ ਗੱਲ ਉਹਨੇ ਦੱਸੀ ਕਿ ਉਹ ਨਸ਼ੇੜੀ ਸੀ ਫਿਰ ਉਸ ਤੋਂ ਅਗਲੀ ਗੱਲ ਜਿਹੜੀ ਉਹਨੇ ਦੱਸੀ ਹੈ ਬਹੁਤ ਵੱਡੀ ਗੱਲ ਕਿ ਉਹਨੂੰ ਕੋਈ ਆਦਮੀ ਲੈ ਕੇ ਗਏ ਫਿਰ ਉਸ ਤੋਂ ਵੀ ਅੱਗੇ ਉਸ ਬੀਬੀ ਨੇ ਜੋ ਗੱਲੇ ਕਹੀਆਂ ਅਖਬਾਰ ਦੇ ਵਿੱਚ ਕਿ ਉਹ ਸਾਡੇ ਤੋਂ ਜਦੋਂ ਕੋਈ ਟੈਲੀਫੋਨ ਆਉਂਦਾ ਸੀਗਾ ਤੇ ਸਾਡੇ ਸਾਰੇ ਪਰਿਵਾਰ ਤੋਂ ਚੋਰੀ ਪਾਸੇ ਜਾ ਕੇ ਗੱਲਬਾਤ ਕਰਦਾ ਸੀ ਤੇ ਫਿਰ ਉਹਦੂ ਵੀ ਗਾਂ ਉਹਨੇ ਇਹ ਵੀ ਕਿਹਾ ਕਿ ਉਹਦੀ ਕਿਸੇ ਸੰਧੂ ਸੰਧੂ ਵਿਅਕਤੀ ਨਾਲ ਗੱਲਬਾਤ ਹੁੰਦੀ ਸੀ ਤੇ ਤੀਸਰੀ ਅਗਲੀ ਵੱਡੀ ਗੱਲ ਹੈ ਕਿ ਉਹਨੇ ਇਹ ਗੱਲ ਕਹੀ ਕਿ ਉਹ ਸਾਨੂੰ ਇਹ ਕਹਿੰਦਾ ਸੀ ਕਿ ਮੇਰੀ ਬਹੁਤ ਵੱਡੇ ਬੰਦਿਆਂ ਨਾਲ ਗੱਲਬਾਤ ਹੋ ਗਈ ਹੈ ਇਹ ਜਿਹੜੀ ਬਹੁਤ ਵੱਡੇ ਬੰਦਿਆਂ ਨਾਲ ਗੱਲਬਾਤ ਹੋ ਗਈ ਹੈ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜਰੂਰ ਜੋ ਇੱਥੇ ਘਟਨਾ ਘਟੀ ਹੈ ਇਹ ਸਾਰੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਸ ਆਦਮੀ ਨੂੰ ਇਸ ਘਟਨਾ ਘਟ ਨੂੰ ਅੰਜਾਮ ਦੇਣ ਦੇ ਲਈ ਕਿਸੇ ਵੱਲੋਂ ਤਿਆਰ ਕਰਕੇ ਭੇਜਿਆ ਗਿਆ ਔਰ ਜਿਸ ਵੱਲੋਂ ਇੱਥੇ ਤਿਆਰ ਕਰਕੇ ਭੇਜਿਆ ਗਿਆ ਉਹ ਕੌਣ ਸੀ ਜਿਸ ਬੰਦੇ ਨੇ ਇੱਥੇ ਸਾਡੇ ਇਸ ਮੋਰਚੇ ਦੇ ਵਿੱਚ ਸ਼ਾਂਤਮਈ ਚੱਲਦੇ ਮੋਰਚੇ ਦੇ ਵਿੱਚ ਇੱਥੇ ਆ ਕੇ ਇੱਕ ਧਾਰਮਿਕ ਗ੍ਰੰਥ ਸਰਬ ਲੋਗ ਗ੍ਰੰਥ ਦੀ ਬੇਦਬੀ ਕੀਤੀ ਤੇ ਜਿਹਦੇ ਚੋ ਇਹ ਘਟਨਾ ਨੇ ਇੰਜਾਮ ਲਿਆ ਜਨਮ ਲਿਆ ਇਸ ਘਟਨਾ ਦੇ ਤਾਂ ਇਸ ਵਾਸਤੇ ਹੁਣ ਉਸ ਤੋਂ ਅੱਗੇ ਗੱਲ ਹੈ ਜਿਹੜੀ ਇਹਦੀ ਇਹਦਾ ਲਿੰਕ ਅਗਰ ਲਖੀਮਪੁਰ ਖੀਰੀ ਦੇ ਨਾਲ ਜੋੜਿਆ ਜਾਏ ਤਾਂ ਪੂਰੇ ਦੇਸ਼ ਦੇ ਅੰਦਰ ਨਹੀਂ ਪੂਰੇ ਵਰਲਡ ਦੇ ਅੰਦਰ ਜਿਸ ਤਰੀਕੇ ਦੇ ਨਾਲ ਬੀਜੇਪੀ ਵੱਲੋਂ ਸਾਡੇ ਉਥੇ ਕਿਸਾਨਾਂ ਦੇ ਕੀਤੇ ਕਤਲਿਆਮ ਨੂੰ ਪੂਰੇ ਵਰਲਡ ਦੇ ਅੰਦਰ ਬੀਜੇਪੀ ਸਰਕਾਰ ਦੇ ਉੱਤੇ ਥੂ-ਥੂ ਹੋ ਰਹੀ ਸੀ ਉਸ ਘਟਨਾ ਨੂੰ ਕਮਜ਼ੋਰ ਸ਼ੋਅ ਕਰਨ ਵਾਸਤੇ ਇੱਥੇ ਕੋਈ ਵੱਡੀ ਘਟਨਾ ਇੱਕ ਧਾਰਮਿਕ ਗ੍ਰੰਥ ਸਰਬਲੋਗ ਗ੍ਰੰਥ ਦੀ ਬੇਅਦਬੀ ਕਰਵਾ ਕੇ ਇੱਥੇ ਇਸ ਮੋਰਚੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਕਰਕੇ ਇਹ ਬਹੁਤ ਜ਼ਰੂਰੀ ਬਣਦੀ ਹੈ ਇੱਥੇ ਗੱਲ ਕਿ ਉਹ ਵਿਅਕਤੀ ਜ਼ਰੂਰ ਨੰਗੇ ਕੀਤੇ ਜਾਣੇ ਚਾਹੀਦੇ ਆ ਜਿਨ੍ਹਾਂ ਨੇ ਇਹ ਸਾਰਾ ਕੁਝ ਨੂੰ ਇਨਜਾਮ ਦਿੱਤਾ ਹੈ ਜਿਨ੍ਹਾਂ ਨੇ ਇਹ ਸਾਰੇ ਉਸ ਵਿਅਕਤੀ ਨੂੰ ਤਿਆਰ ਕੀਤਾ ਤਿਆਰ ਕਰਕੇ ਮੋਰਚੇ ਦੇ ਵਿੱਚ ਲਿਆ ਕੇ ਇਸ ਘਟਨਾ ਨੂੰ ਅੰਜਾਮ ਦਵਾਇਆ ਸੋ ਇਸ ਕਰਕੇ ਮੋਰਚਾ ਮੰਗ ਕਰਦਾ ਹੈ ਕਿ ਇਸ ਬੇਅਦਬੀ ਕਾਂਡ ਦੀ ਉਹ ਆਦਮੀ ਕਿਵੇਂ ਆਇਆ ਉਹ ਕੌਣ ਬੰਦੇ ਸੀ ਜਿਹੜਾ ਸੰਧੂ ਕੌਣ ਸੀ ਜਿਹਦੇ ਨਾਲ ਉਹ ਗੱਲ ਕਰਦਾ ਸੀ ਉਹ ਕੌਣ ਆਦਮੀ ਸੀ ਜਿਨ੍ਹਾਂ ਨਾਲ ਉਹ ਜੁੜੇ ਸਬੰਧਾਂ ਦੀ ਗੱਲ ਕਰਦਾ ਸੀ ਕਿ ਮੇਰੀ ਬਹੁਤ ਵੱਡੇ ਲੋਕਾਂ ਨਾਲ ਸੰਬੰਧ ਹੋ ਗਏ ਉਹਨਾਂ ਸਾਰੇ ਲੋਕਾਂ ਨੂੰ ਅੱਜ ਦੁਨੀਆ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਨੰਗਾ ਕਰਨ ਦੀ ਲੋੜ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਸ ਬੇਅਦਬੀ ਕਾਂਡ ਦੇ ਮਗਰ ਕੌਣ ਨੇ ਕਿਹਦੇ ਹੱਥ ਨੇ ਕਿਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਇਸ ਗੱਲ ਦੀ ਮੰਗ ਮੋਰਚਾ ਫਿਰ ਦੁਬਾਰਾ ਕਰਦਾ ਹੈ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਬੜੀ ਗੰਭੀਰਤਾ ਨਾਲ ਇਸ ਮੋਰਚੇ ਨੂੰ ਸੰਭਾਲਣ ਦੇ ਲਈ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹਦੀ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਕਲੀਅਰ ਹੋ ਸਕੇ ਕਿ ਕਿਸ ਆਦਮੀ ਨੇ ਇਸ ਸਾਡੇ ਮੋਰਚੇ ਨੂੰ ਖਰਾਬ ਕਰਨ ਵਾਸਤੇ ਐਡਾ ਵੱਡਾ ਕਦਮ ਕਿਸ ਤਰੀਕੇ ਦਾ ਕਦਮ ਜਿਹੜਾ ਚੱਕਿਆ ਗਿਆ ਉਹ ਕਿਉਂ ਚੱਕਿਆ ਗਿਆ ਧੰਨਵਾਦ ਜੀ